ਸਵੀਰਾਂ ਦੇ ਕੋ ਫੈਕਟਰੀ ਦੇ ਵਿੱਚੋਂ ਪਾਣੀ ਜਿਹੜਾ ਨਿਕਲ ਕੇ ਆਉਂਦਾ ਹੈ ਆ ਗੰਦਾ ਪਾਣੀ ਇਹ ਸਿੱਧਾ ਆ ਕੇ ਨਾਲੇ ਦੇ ਵਿੱਚ ਮਿਲਦਾ ਤੇ ਇਹੀ ਜਿਹੜਾ ਆ ਪਾਣੀ ਆ ਅੱਗੇ ਜਾ ਕੇ ਦਦੋ ਸਤਲੋ ਦਰਿਆ ਦੇ ਵਿੱਚ ਮਿਲਦਾ ਵਲੀਪੁਰ ਪਿੰਡ ਦੇ ਵਿੱਚ ਜਾ ਕੇ ਤਾਂ ਕਿੰਨਾ ਇਫੈਕਟ ਪਾਉਂਦਾ ਹੋਊਗਾ ਫੈਕਟਰੀਆਂ ਧੂਆ ਵੀ ਤੁਸੀਂ ਦੇਖੋ ਜਿਹੜੇ ਉੱਡਦੇ ਪਏ ਨੇ ਇਹ ਕਿਵੇਂ ਉੱਡਦੇ ਪਏ ਨੇ ਕਿ ਇਹ ਜਿਹੜਾ ਪੋਲੂਸ਼ਨ ਨਹੀਂ ਕਰਦੇ ਪਏ ਹੈਗੇ ਪਰਾਲੀ ਦੇ ਜਿਹੜਾ ਪੋਲੂਸ਼ਨ ਹੁੰਦਾ ਪਿਆ ਉਹ ਦੀ ਮਾਰ ਪੈ ਜਾਂਦੀ ਸਰਕਾਰ ਦੇ ਵੱਲੋਂ ਫਿਰ ਉਸ ਤੋਂ ਬਾਅਦ ਆ ਪਾਣੀਆਂ ਦੇ ਉੱਤੇ ਪੋਲੂਸ਼ਨ ਪੋਲੂਸ਼ਨ ਤੇ ਪੋਲੂਸ਼ਨ ਹੋ ਰਿਹਾ ਵਾ ਸੱਚੀ ਗੱਲ ਜੀ ਤੁਸੀਂ ਦੇਖ ਰਹੇ ਹੋ ਲੋਕਾਂ ਦੇ ਆਣਾ ਟਾਈਮਸ ਤੇ ਮੈਂ ਹਾਂ ਗੁਰਦੀਪ ਸਿੰਘ ਲੰਮੇ ਪੋਲੂਸ਼ਨ ਦੀ ਗੱਲ ਬਹੁਤ ਤੁਰੀ ਹੋਈ ਹੈ ਸੈਂਟਰ ਦੀ ਸਰਕਾਰ ਹੋਵੇ ਜਾਂ ਕੋਈ ਵੀ ਸਰਕਾਰ ਹੋਵੇ ਆਵਾਜ਼ ਚੱਕ ਰਹੀ ਹੈ ਕਹਿੰਦੀ ਕਿ ਪੰਜਾਬ ਦੇ ਵਿੱਚ ਪੋਲੂਸ਼ਨ ਜਿਹੜਾ ਆ ਸਿਰਫ ਪਰਾਲੀ ਦੇ ਕਰਕੇ ਹੋ ਰਿਹਾ ਕੱਲਾ ਪਰਾਲੀ ਦਾ ਪੋਲਿਊਸ਼ਨ ਦਿਖਜਾਂਦਾ ਲੇਕਿਨ ਹੋਰ ਕੋਈ ਪੋਲਿਊਸ਼ਨ ਨਹੀਂ ਦਿਖਜਦਾ ਕਿਸੇ ਵੀ ਸਰਕਾਰ ਨੂੰ ਚਾਹੇ ਸਟੇਟ ਹੋਵੇ ਚਾਹੇ ਕੋਈ ਹੋਵੇ ਤਾਂ ਹੁਣ ਤੁਹਾਨੂੰ ਤਸਵੀਰਾਂ ਦਿਖਾਉਣਾ ਤਾਇਪੁਰ ਰੋਡ ਦੇ ਉੱਤੇ ਇਸ ਵੇਲੇ ਨਾਲੇ ਦੇ ਕੋਲ ਮੌਜੂਦ ਆ ਅਸੀਂ ਬਿਲਕੁਲ ਬੁੱਢੇ ਨਾਲੇ ਦੀ ਤਸਵੀਰਾਂ ਦਿਖਾਉਣਾ ਤੁਹਾਨੂੰ ਇਹ ਨਾਲੇ ਦੀਆਂ ਕਿਸ ਨਾਲੇ ਦੇ ਵਿੱਚ ਕਿਦਾਂ ਪਾਣੀ ਜਿਹੜਾ ਪਾਇਆ ਜਾਂਦਾ ਪਿਆ ਫੈਕਟਰੀ ਦੇ ਵਿੱਚੋਂ ਤਸਵੀਰਾਂ ਦੇਖੋ ਫੈਕਟਰੀ ਦੇ ਵਿੱਚੋਂ ਪਾਣੀ ਜਿਹੜਾ ਨਿਕਲ ਕੇ ਆਉਂਦਾ ਆ ਗੰਦਾ ਪਾਣੀ ਦਾ ਪਾਣੀ ਇਹ ਸਦਾ ਆ ਕੇ ਨਾਲੇ ਦੇ ਵਿੱਚ ਮਿਲਦਾ ਤੇ ਇਹੀ ਜਿਹੜਾ ਆ ਪਾਣੀ ਆ ਅੱਗੇ ਜਾ ਕੇ ਜਦੋਂ ਸਤਲੁਜ ਦਰਿਆ ਦੇ ਵਿੱਚ ਮਿਲਦਾ ਵਲੀਪੁਰ ਪਿੰਡ ਦੇ ਵਿੱਚ ਜਾ ਕੇ ਤਾਂ ਕਿੰਨਾ ਇਫੈਕਟ ਪਾਉਂਦਾ ਹੋਊਗਾ ਕਹਿੰਦੇ ਜੀ ਪਾਣੀ ਦਾ ਪੋਲਿਊਸ਼ਨ ਜਿਹੜਾ ਆ ਐਨਾ ਨਹੀਂ ਹੈਗਾ ਜਿੰਨਾ ਧੂੰਏ ਦਾ ਪੋਲਿਊਸ਼ਨ ਆ ਤਾਂ ਉਹ ਫੈਕਟਰੀ ਦਾ ਤੁਹਾਨੂੰ ਧੂੰਆਂ ਵੀ ਦਿਖਾ ਦਿੰਦੇ ਆ ਤਾਂ ਫੈਕਟਰੀਆਂ ਧੂੰਏ ਵੀ ਤੁਸੀਂ ਦੇਖੋ ਜਿਹੜੇ ਉੱਡਦੇ ਪਏ ਨੇ ਇਹ ਕਿਵੇਂ ਉੱਡਦੇ ਪਏ ਨੇ ਕਿ ਇਹ ਜਿਹੜਾ ਪੋਲਿਊਸ਼ਨ ਨਹੀਂ ਕਰਦੇ ਪਏ ਹੈਗੇ ਇਹ ਵੀ ਪੋਲਿਊਟ ਕਰਦੇ ਪਏ ਨੇ এনਵਾਇਰਨਮੈਂਟ ਨੂੰ ਪੋਲਿਊਟ ਕਰਦੇ ਪਏ ਨੇ ਸਾਡੇ ਵਾਤਾਵਰਨ ਨੂੰ ਪੋਲਿਊਟ ਕਰਦੇ ਪਏ ਨੇ ਪਾਣੀ ਵੀ ਪੋਲਿਊਟ ਹੋ ਗਏ ਹਵਾ ਵੀ ਪੋਲਿਊਟ ਹੋ ਗਈ ਬਚਿਆ ਕੀ ਤਾਂ ਸਾਡੇ ਪੰਜਾਬ ਦੇ ਪਾਣੀ ਜਿਹੜੇ ਪੰਜਾਂ ਦਰਿਆਵਾਂ ਦੀ ਧਰਤੀ ਸਾਡਾ ਪੰਜਾਬ ਜਿਨ੍ਹਾਂ ਦੇ ਪਾਣੀ ਸਾਫ਼ ਸੁਥਰੇ ਹੁੰਦੇ ਸੀਗੇ ਐਡਵਾਂਸ ਹੋਈ ਗਏ ਮਾਡਰਨ ਹੋ ਗਏ ਅਸੀਂ ਡਵੈਲਪਮੈਂਟ ਕਰ ਲਈ ਦੇਸ਼ ਡਵੈਲਪ ਹੋ ਗਿਆ ਸਟੇਟਾਂ ਡਵੈਲਪ ਹੋ ਗਈਆਂ ਡਵੈਲਪਮੈਂਟ ਦੇ ਨਾਲ ਨਾਲ ਸਾਨੂੰ ਪੋਲੂਸ਼ਨ ਵੀ ਬਹੁਤ ਮਿਲਿਆ ਤਾਂ ਪੋਲੂਸ਼ਨ ਵੀ ਤੁਸੀਂ ਦੇਖ ਸਕਦੇ ਹੋ ਕਿੱਦਾਂ ਹੋ ਰਿਹਾ ਵਾ ਇਹ ਪਾਣੀ ਇੱਥੋਂ ਜਿਹੜਾ ਇਕੱਠਾ ਹੁੰਦਾ ਹੈ ਪਾਣੀ ਇਕੱਠਾ ਹੋ ਕੇ ਸਤਲੁਜ ਦਰਿਆ ਦੇ ਵਿੱਚ ਮਿਲਦਾ ਤੇ ਤੁਰ ਤੱਕ ਜਿਹੜਾ ਸਤਲੁਜ ਦਰਿਆ ਦੀਆਂ ਤਸਵੀਰਾਂ ਤੁਸੀਂ ਸੈਟਲਾਈਟ ਇਮੇਜ ਦੇਖ ਸਕਦੇ ਹੋ ਸੈਟਲਾਈਟ ਇਮੇਜ ਦੇ ਵਿੱਚ ਸਾਫ਼ ਦਿਖਦਾ ਹੈ ਕਿ ਜਦੋਂ ਬਲੀਪੁਰ ਪਿੰਡ ਦੇ ਵਿੱਚੋਂ ਜਦੋਂ ਕੋਲੋਂ ਦੀ ਲੰਗਦਾ ਹੈ ਗੰਦਾ ਨਾਲਾ ਤਾਂ ਗੰਦਾ ਨਾਲਾ ਜਿਹੜਾ ਆ ਉਹ ਜਾ ਕੇ ਸੀਵਰੇਜ ਦੇ ਥਰੂ ਹੋ ਕੇ ਜਦੋਂ ਵਿੱਚ ਪੈਂਦਾ ਸਤਲੁਜ ਦਰਿਆ ਦੇ ਤਾਂ ਤਸਵੀਰਾਂ ਦੇ ਵਿੱਚ ਦੇਖੋਗੇ ਕਾਲਾ ਹੋ ਜਾਂਦਾ ਉੱਥੇ ਸਤਲੁਜ ਦਰਿਆ ਤਸਵੀਰਾਂਾਂ ਦੇ ਵਿੱਚ ਇਹ ਕਾਲਾ ਕਿਉਂ ਹੋ ਜਾਂਦਾ ਕਿਉਂਕਿ ਇਹ ਜਿਹੜੇ ਪਾਣੀ ਹੈ ਇਹੀ ਗੰਦਾ ਪਾਣੀ ਡਾਈ ਦਾ ਪਾਣੀ ਫੈਕਟਰੀਆਂ ਦੇ ਪਾਣੀ ਪਤਾ ਨਹੀਂ ਕਿਹੜੇ ਕਿਹੜੇ ਸੀਵਰੇਜ ਦਾ ਪਾਣੀ ਹੈ ਸਾਰਾ ਇਕੱਠਾ ਹੋ ਕੇ ਸਤਲੁਜ ਦਰਿਆ ਦੇ ਵਿੱਚ ਪੈਂਦਾ ਆ ਤੇ ਹੁਣ ਦੱਸੋ ਕਿ ਇਹ ਫੈਕਟਰੀਆਂ ਦੇ ਪਾਣੀ ਪੋਲਿਊਟ ਨਹੀਂ ਕਰ ਰਹੇ ਇਹ ਨਹੀਂ ਪੋਲੂਸ਼ਨ ਜਿਹੜਾ ਪੈਦਾ ਕਰ ਰਹੇ ਹੈਗੇ ਪਾਣੀਆਂ ਦੇ ਵਿੱਚ ਪੋਲੂਸ਼ਨ ਇਹ ਨਹੀਂ ਕਰਦੇ ਪਏ ਹੈਗੇ ਤਾਂ ਸਵਾਲ ਕਰ ਲੈਣੇ ਆ ਅਸੀਂ ਹਮੇਸ਼ਾ ਜਾ ਕੇ ਜਦੋਂ ਵੀ ਕਿਸਾਨ ਵਾਂ ਤਾਂ ਕਿਸਾਨ ਵਿਚਾਰਾ ਉਹ ਮਜਬੂਰ ਹੋ ਜਾਂਦਾ ਹੈ ਕਿ ਕੀ ਕਰਿਆ ਜਾਵੇ ਪ੍ਰਾਲੀ ਨੂੰ ਚਲੋ ਲਾ ਬਣ ਗਿਆ ਅਲੱਗ ਗੱਲ ਹੈ ਲੇਕਿਨ ਜਿਸ ਤਰੀਕੇ ਦੇ ਨਾਲ ਕਿਸਾਨਾਂ ਦਾ ਕਹਿਣਾ ਹੈ ਕਿ ਸਾਨੂੰ ਜਿਹੜਾ ਆ ਕੋਈ ਤੋੜ ਨਹੀਂ ਲੱਭਦਾ ਪਰਾਲੀ ਦਾ ਤਾਂ ਕੀ ਕਰੀਏ ਅਸੀਂ ਉਧਰ ਪਰਾਲੀ ਦੀ ਮਾਰ ਪਰਾਲੀ ਤੇ ਜਿਹੜਾ ਪੋਲੂਸ਼ਨ ਹੁੰਦਾ ਪਿਆ ਉਹਦੀ ਮਾਰ ਪੈਂਦੀ ਸਰਕਾਰ ਦੇ ਵੱਲੋਂ ਫਿਰ ਉਸ ਤੋਂ ਬਾਅਦ ਆ ਪਾਣੀਆਂ ਦੇ ਉੱਤੇ ਪੋਲੂਸ਼ਨ ਪੋਲੂਸ਼ਨ ਤੇ ਪੋਲੂਸ਼ਨ ਹੋ ਰਿਹਾ ਵਾ ਤਾਂ ਕੱਲਾ ਜਿਹੜੇ ਆ ਸਮਾਜ ਜਿਹੜਾ ਪੂਰਾ ਸਾਰੇ ਜਿੰਮੇਵਾਰ ਆ ਪਲੂਟ ਕਰਦੇ ਆ ਤਾਂ ਤੁਹਾਨੂੰ ਤਸਵੀਰਾਂ ਪਹਿਲਾਂ ਵੀ ਅਸੀਂ ਬੁੱਢੇ ਨਾਲੇ ਦੀਆਂ ਦਿਖਾਈਆਂ ਸੀ ਕਿਦਾਂ ਡਿਸਪੋਜ਼ੇਬਲ ਗਲਾਸ ਸੀਗੇ ਉਸ ਦੇ ਵਿੱਚ ਪਲਾਸਟਿਕ ਸੁੱਟਿਆ ਗਿਆ ਸੀ ਬੁੱਢਾ ਨਾਲਾ ਦੇ ਵਿੱਚ ਤੇ ਹੋਰ ਪਤਾ ਨਹੀਂ ਕੀ ਕੋ ਸੁੱਟਿਆ ਗਿਆ ਸੀਗਾ ਤੇ گاਵਾ ਤੁਰੀਆਂ ਫੜਦੀਆਂ ਨੇ ਕੋਲ ਉਹੀ ਖਾਈ ਜਾਂਦੀਆਂ ਨੇ ਤਾਂ ਇਹ ਚੀਜ਼ਾਂ ਜਿਹੜੀਆਂ ਪੋਲਿਊਟ ਕੌਣ ਕਰ ਰਹੇ ਆ ਅਸੀਂ ਪੋਲਿਊਟ ਕਰਦੇ ਆ ਤਾਂ ਹੁਣ ਆ ਤੁਹਾਨੂੰ ਪਾਣੀ ਵੀ ਦਿਖਾਤਾ ਕਿਸ ਤਰੀਕੇ ਦੇ ਨਾਲ ਡਾਈ ਦਾ ਪਾਣੀ ਫੈਕਟਰੀਆਂ ਦਾ ਪਾਣੀ ਆ ਕੇ ਬੁੱਢੇ ਨਾਲੇ ਦੇ ਵਿੱਚ ਪੈਂਦਾ ਤਾਂ ਉਸ ਤੋਂ ਬਾਅਦ ਜਾ ਕੇ ਸਿੱਧਾ ਬੁੱਢਾ ਨਾਲਾ ਇਹਦਾ ਸੀਵਰੇਜ ਬਣ ਕੇ ਅੱਗੇ ਜਾ ਕੇ ਸਤਲੁਜ ਦਰਿਆ ਦੇ ਵਿੱਚ ਪੈਂਦਾ ਹੈ ਤੇ ਇਹ ਪਾਣੀ ਵੀ ਪੋਲਿਊਟ ਹੋ ਰਹੇ ਨੇ ਇਕੱਲਾ ਹਵਾ ਪੋਲਿਊਟ ਨਹੀਂ ਹੋ ਰਹੀ ਪਾਣੀ ਵੀ ਪੋਲਿਊਟ ਹੋ ਰਹੇ ਨੇ ਪਾਣੀ ਵੀ ਜਿਹੜੇ ਸਾਡੀ ਜ਼ਿੰਮੇਵਾਰੀ ਹੈ ਕਿ ਪਾਣੀਆਂ ਨੂੰ ਜਿਹੜਾ ਹੈ ਸਾਫ਼ ਕੀਤਾ ਜਾਵੇ ਲਗਾਤਾਰ ਸਰਕਾਰਾਂ ਵਾਅਦੇ ਕਰਦੀਆਂ ਨੇ ਕਿ ਅਸੀਂ ਬੁੱਢਾ ਨਾਲਾ ਜਿਹੜਾ ਹੈ ਸਾਫ਼ ਕਰਦੇ ਹਾਂਗੇ ਤਾਂ ਤੁਸੀਂ ਬੁੱਢਾ ਨਾਲੇ ਤਸਵੀਰਾਂ ਤੁਹਾਨੂੰ ਹਮੇਸ਼ਾ ਦਿਖਾਉਂਦੇ ਆ ਤੁਸੀਂ ਦੇਖਿਆ ਵੀ ਕਿਸ ਤਰੀਕੇ ਨਾਲ ਸਾਫ਼ ਕੀਤਾ ਜਾ ਰਿਹਾ ਹੈ ਤਾਂ ਹੁਣ ਦੇਖਾਂਗੇ ਕਿ ਅੱਗੇ ਵੋਟਾਂ ਆਉਣ ਵਾਲੀਆਂ ਨੇ ਤਾਂ ਹੁਣ ਕੀ ਵਾਅਦੇ ਕੀਤੇ ਜਾਣਗੇ ਕਿ ਬੁੱਢਾ ਨਾਲਾ ਦੁਆਰਾ ਤੋਂ ਜਿਹੜਾ ਮੈਨੀਫੈਸਟੋ ਵਿੱਚ ਰੱਖਿਆ ਜਾਊਗਾ ਕਿ ਸਾਫ਼ ਕੀਤਾ ਜਾਊਗਾ ਤੇ ਵਾਕੀ ਦੇ ਵਿੱਚ ਸਾਫ਼ ਹੁੰਦਾ ਕਿ ਨਹੀਂ ਇਹ ਵੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਜਦੋਂ ਸਾਫ਼ ਹੋਊਗਾ ਸੋ ਵਦੇਰੀ ਅਪਡੇਟਸ ਦੀ ਜੋੜੇ ਹੋ ਰਿਹਾ ਹੈ ਨਾ ਟਾਈਮਸ ਦੇ ਨਾਲ ਕੈਮਰਾਮੈਨ ਸੁਤੰਤ ਮਥਾਉਡ ਦੇ ਨਾਲ ਗੁਰਦੀਪ ਸਿੰਘ ਲੰਮੇ ਲੁਧਿਆਣਾ ਟਾਈਮਸ ਵਦੇਰੀ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਸ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ